ਪਹੁੰਚਦੇ ਨੇ ਵੀ ਇੱਕ ਯੋਗਤਾ ਤਾੜੀਆਂ ਨਾਲ ਸਵਾਗਤ ਕਰਾਂ ਜੀ ਸਰਦਾਰ ਸੁਖਜਿੰਦਰ ਸਿੰਘ ਜੀ ਰੰਧਾਵਾ ਸਾਹਿਬ ਰਿਮ ਪਰਜਿੰਦਰ ਸਿੰਘ ਜੀ ਬਾਜਵਾ ਸਾਹਿਬ ਹਰਪ੍ਰਤਾਪ ਜੀ ਐਮ ਐਲ ਏ ਸਾਹਿਬ ਸੇਕੜੀ ਸਾਹਿਬ ਸਾਰੇ ਤੁਸੀਂ ਇਹਨਾਂ ਨੂੰ ਜਾਣਦੇ ਹੋ, ਤੁਸੀਂ ਪਹਿਲਾਂ ਤੁਹਾਡੇ ਐਮ ਐਲ ਏ ਰਹੇ, ਐਮ ਪੀ ਰਹੇ ਨੇ। ਔਰ ਦੂਜੇ ਪਾਸੇ ਸਾਡਾ ਇੱਕ ਮੁੰਬਈ ਤੋਂ ਆਇਆ ਮੁੰਡਾ, ਉਹ ਜਿਹੜਾ ਫਿਲਮ ਸਟਾਰ ਹੈ। ਹੁਣ ਮੈਂ ਦੇਖ ਰਿਹਾ ਸੀ ਇਹਦੇ ਜਿਹੜਾ ਕੁਛ ਇਹਦੇ ਬਾਰੇ ਅਖਬਾਰ ਲਿਖਦੇ ਨੇ ਕਿ ਰਹਿਣ ਵਾਲਾ ਬੰਬਈ ਦਾ, ਘਰ ਇਹਦਾ ਬੰਬਈ, ਕੰਮ ਕਾਰ ਇਹਦਾ ਬੰਬਈ, ਫਾਰਮ ਇੱਕ ਬਣਾਇਆ ਉਹ ਵੀ ਬੰਬਈ। ਤਾਂ ਤੂੰ ਭਾਈ ਉਰੇ ਵਾਕਿਸ ਵਾਸਤੇ ਆਇਆ ਸਿਰਫ ਇਹਦੇ ਲਈ ਕਿ ਬੀਜੇਪੀ ਨੂੰ ਹੋਰ ਕੋਈ ਕੋਈ ਕੈਂਡੀਡੇਟ ਹੀ ਨਹੀਂ ਆਇਆ ਕਿ ਤੈਨੂੰ ਫੜ ਕੇ ਲਿਆਉਂਦੇ। ਔਰ ਦੇਖੋ ਹੰਕਾਰ ਦਾ ਕਿੰਨਾ ਬੰਦੇ ਦਾ ਉਰੇ ਆਇਆ, ਲੇਕਿਨ ਪਰਸੋਂ ਹਰਿਆਣੇ 'ਚ ਇਲੈਕਸ਼ਨ ਕੈਂਪੇਨ 'ਚ ਹਿੱਸਾ ਪਾ ਰਿਹਾ ਸੀ। ਉਹ ਤੋਂ ਪਹਿਲਾਂ ਸੋਨੀਆ ਜੀ ਦੀ ਸੀਟ ਲਾਇਬ੍ਰੇਰੀ ਦੇ ਵਿੱਚ ਪਹੁੰਚਿਆ ਹੋਇਆ ਸੀ ਉਹਨਾਂ ਦੀ ਮੁਖਾਲਫਤ ਕਰਨ ਲਈ। ਸਾਨੂੰ ਦੇਣੀਆਂ ਪਈਆਂ ਹੈ ਸਾਥੀਓ, ਮੈਂ ਬਿਨਾਂ ਵਜ੍ਹਾ ਕੋਈ ਗੱਲ ਨਹੀਂ ਕਰਦਾ, ਕਿਸੇ ਤੇ ਲਾਂਛਣ ਨਹੀਂ ਲਾਂਦਾ। ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ, ਕਿਉਂਕਿ ਜਿਸ ਹਾਲਾਤ 'ਚ ਆਪਾਂ ਬੈਠੇ ਹਾਂ, ਤੁਸੀਂ ਯਾਦ ਕਰੋ ਇਲੈਕਸ਼ਨ ਡਿਕਲੇਅਰ ਹੋਇਆ 10 ਮਾਰਚ 2019 ਨੂੰ, ਉਸ ਤੋਂ 6 ਮਹੀਨੇ ਸਾਲ ਪਹਿਲਾਂ ਸਾਰੇ ਦੇਸ਼ ਦੇ ਅੰਦਰ ਪਿੰਡ ਦੇ ਸੱਥਾਂ ਦੇ ਵਿੱਚ ਸ਼ਹਿਰ ਦੇ ਵਿੱਚ ਆ ਚੁੱਕਾ। ਸਾਡੇ ਮਹਿਕਮੇ ਨੇ ਫੈਸਲਾ ਕੀਤਾ ਉਹਨੂੰ ਜਿੱਥੇ ਬਾਹਰ ਕਚਹਿਰੀਆਂ ਨੇ ਉੱਥੇ ਖੜਨਾ ਵਾ। ਅਸੀਂ ਪੁੱਡਾ 'ਚ ਇਹ ਫੈਸਲਾ ਕਰਕੇ ਉੱਥੇ ਅਸੀਂ ਖੜ ਰਹੇ ਹਾਂ। ਬੱਸ ਅੱਡੇ ਨੂੰ ਅਸੀਂ ਬਾਹਰ ਲਿਆਉਣਾ। ਇਹ ਸਾਰੀਆਂ ਸਕੀਮਾਂ ਕੈਪਟਨ ਸਾਹਿਬ ਦੀ ਕਿਰਪਾ ਨਾਲ ਅਸੀਂ ਸਿਰੇ ਚਾੜੀਆਂ ਨੇ। ਹਸਰੀ ਨੂੰ ਵੀ ਸਾਫ਼ ਕਰਕੇ ਦੋਵੇਂ ਪਾਸੇ ਸੈਰਗਾਹ ਬਣਾਉਣੀ ਹੈ, ਜਿਹੜਾ 550 ਸਾਲਾ ਬਾਬੇ ਨਾਨਕ ਦਾ ਜਨਮ ਦਿਨ ਆਉਣਾ, ਉਹਦੇ ਵਿੱਚ ਕਰਨਾ ਸਭ ਕੁਝ ਬਾਬੇ ਨਾਨਕ ਨੇ।